ਕਰੂੰਗਾ ਇਹ ਨਿਊ ਵੀਡੀਓ। ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਆਪਣਾ ਹੋਮ ਟੂਲ। ਆਏ ਹੋਮ ਟੂਲ ਤੁਸੀਂ ਦੇਖੋ ਕਟਾ ਕਰੇ। ਇਹ ਅਸੀਂ ਰੱਖਿਆ ਪੈਰਟ, ਤੁਸੀਂ ਦੇਖ ਸਕਦੇ ਹੋ ਚਾਰ ਪੈਰਟ ਆ। ਬੋਤਲ ਕੱਟ ਕੇ ਵਿੱਚ ਬੋਤਲ ਕੱਟ ਕੇ ਲਗਾਏ ਹੋਏ ਆ, ਤੁਸੀਂ ਦੇਖ ਸਕਦੇ ਹੋ। ਸੈਡ ਵੀ ਰੱਖੇ ਹੋਏ ਆ ਪਲਾਂਟ। ਇਹਦੇ ਰੱਖਿਆ ਹੋਇਆ ਸੀ ਮਨੀ ਪਲਾਂਟ। ਅੱਜ ਤੁਹਾਨੂੰ ਸਾਰਾ ਅਸੀਂ ਘਰ ਦਿਖਾਵਾਂਗੇ, ਸਾਡੀ ਜੁਆਇੰਟ ਫੈਮਿਲੀ ਹੈ, ਅਸੀਂ ਤੁਹਾਨੂੰ ਸਾਰਾ ਘਰ ਦਿਖਾਵਾਂਗੇ। ਇਹ ਆ ਸਾਡੇ ਘਰ ਦਾ ਐਂਟਰੀ ਗੇਟ, ਦਿਨ ਖੋਲ੍ਹੀ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ। ਦੇਖ ਸਕਦੇ ਹੋ ਸਾਡੀ ਰੂਬੀ ਦਰਵਾਜ਼ਾ। ਬਾਈ ਇਹ ਸਾਡੀਆਂ ਪੌੜੀਆਂ ਦੇਖ ਸਕਦੇ, ਉੱਪਰੋਂ ਬੰਦ ਆ, ਹਜੇ ਇੱਕ ਹੀ ਚਾਲੂ ਕੀਤੀ ਆ। ਬਾਕੀ ਤੁਹਾਨੂੰ ਆਪਣਾ ਮੈਂ ਦਿਖਾਉਂਦਾ ਆਪਣਾ ਹੋਮ। ਬਾਈ ਤੁਸੀਂ ਦੇਖ ਸਕਦੇ ਹੋ ਇਹ ਸਾਡਾ ਕਿਚਨ, ਹਜੇ ਇੱਥੇ ਜ਼ਿਆਦਾ ਕੰਮ ਨਹੀਂ ਕਰਦੇ ਹੈਗੇ, ਰੋਟੀ ਪਾਣੀ ਬਾਹਰ ਹੀ ਬਣਾਉਂਦੇ ਆ, ਜੁਆਇੰਟ ਫੈਮਿਲੀ ਆ, ਠੀਕ ਆ। ਵੈਸੇ ਉੱਦਾਂ ਭਾਅ ਹੁਣ ਮੈਂ ਤੁਹਾਨੂੰ ਦਿਖਾਉਂਦਾ ਆਪਣਾ ਰੂਮ, ਦੇਖ ਸਕਦੇ ਹੋ ਇਹ ਮੇਰਾ ਰੂਮ, ਦੇਖ ਸਕਦੇ ਹੋ ਮੇਰਾ ਰੂਮ। ਇਹ ਸਾਡਾ ਸ਼ੋਕੇਸ਼, ਇਹਦੇ ਵਿੱਚ ਬਾਬਾ ਜੀ ਦੀ ਫੋਟੋਆਂ ਰੱਖੀਆਂ ਹੋਈਆਂ, ਬਾਕੀ ਹੋਰ ਸਮਾਨ ਗਿਫਟਸ। ਇਹ ਸਾਡੀ ਲਵਾਰੀ, ਦੇਖ ਸਕਦੇ ਹੋ, ਤੁਹਾਨੂੰ ਹੋਰ ਰੂਮ ਦਿਖਾਉਂਦਾ ਮੈਂ। ਇਹ ਸਾਡਾ ਸੈਕਿੰਡ ਰੂਮ, ਦੇਖ ਸਕਦੇ ਹੋ।
ਇਹ ਸਾਡਾ ਰੂਮ ਦੇਖ ਸਕਦੇ ਹੋ। ਪਿੱਛੇ ਦਿਖਾ ਇਹ ਜਾਂਦਾ ਬਾਹਰ ਨੂੰ ਰਸਤਾ, ਦੇਖ ਸਕਦੇ ਹੋ ਕੂਲਰ ਹੀ ਕੂਲਰ ਆ। ਦੇਖੋ ਇੱਕ ਦੋ ਰੋਡ ਦਾ ਕੂਲਰ ਹੀ ਕੂਲਰ ਆ, ਤੁਸੀਂ ਦੇਖ ਸਕਦੇ ਹੋ। ਕਈ ਤੁਹਾਨੂੰ ਦਿਖਾਉਣਾ ਇੱਕ ਸਾਡਾ ਬੈਕ ਗੇਟ ਵੀ ਆ, ਇਹ ਸਾਡਾ ਬੈਕ ਗੇਟ ਆ। ਤੁਹਾਨੂੰ ਉੱਪਰੋਂ ਦਿਖਾਵਾਂਗਾ ਮੈਂ ਪੂਰਾ ਵਿਊ, ਤੁਸੀਂ ਦੇਖ ਸਕਦੇ ਹੋ। ਗਾਈਸ ਇਹ ਆ ਸਾਡਾ ਸਟੋਰ ਰੂਮ, ਦੇਖ ਸਕਦੇ ਹੋ ਇੱਦਾਂ ਭਰਿਆ ਪਿਆ। ਬਾਕੀ ਤੁਹਾਨੂੰ ਹੋਰ ਦਿਖਾਉਂਦੇ ਹਾਂ। ਗਾਈਸ ਤੁਸੀਂ ਦੇਖ ਸਕਦੇ ਹੋ ਸਾਡੇ ਘਰ ਦਾ ਉੱਪਰਲਾ ਵੀ, ਕਿਸੇ ਦੇ ਘਰ ਤੋਂ ਮੈਂ ਵੀਡੀਓ ਬਣਾ ਰਿਹਾ। ਸਾਡਾ ਪਿੰਡ ਦੇਖ ਸਕਦੇ ਹੋ, ਛੱਤੇ ਜਾਣ ਦਾ ਰਸਤਾ ਅਤੇ ਗੇਟ ਲੱਗਿਆ ਹੋਇਆ, ਤੁਸੀਂ ਦੇਖ ਸਕਦੇ ਹੋ ਉੱਪਰ ਬਹੁਤ, ਅਤੇ ਖੇਡਣ ਨੂੰ ਬਹੁਤ ਵਧੀਆ ਦੇਖ ਸਕਦੇ ਹੋ। ਇੱਧਰ ਆ ਸਾਡੀ ਪਾਣੀ ਵਾਲੀ ਟੈਂਕੀ, ਦੂਸਰਾ ਗੇਟ ਦਿਖਾਉਂਦਾ ਜਿਹੜਾ ਸਾਡਾ ਬੈਕ ਡੋਰ ਆ ਭਾਈ, ਇੱਧਰ ਆ ਸਾਡਾ ਬੈਕ ਡੋਰ ਦਾ ਵਿਊ ਹੈ ਇੱਧਰ ਘਰ ਆ। ਅਤੇ ਜੀ ਸਾਡਾ ਹੋਮ ਟੂਰ, ਸਾਡਾ ਹੋਮ ਟੂਰ ਸਾਨੂੰ ਕਿੱਦਾਂ ਦਾ ਲੱਗਿਆ ਕਮੈਂਟ 'ਚ ਜ਼ਰੂਰ ਦੱਸਿਓ, ਅਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ।